तुम्हें संग न होई दुनिया कैसी हो, भाई बंदी हेत चुकाया दुनिया बड़ी खूबसूरत समझाने लिए एक लॉजिक एग्जांपल देती है। एक लफ्ज़ का संबंध जेड़ा है वो जोड़न नाल कहानी का दायरा बड़ा वसी हो गया है। कहानी तो आम है, शिकारियों की दुनिया अंदर तुसी कई बार देखिया होना है। शिकारी जो शिकार लई चढ़ते ने अपने कुछ तजर्बे होंगे ने, ते उन्हां तजर्बियां दा लाभ उठाने, उन्हां नूं पता है कि जंगल दे रहन वाला हर जानवर पानी दी लोड़ हर इक नूं है। कोई होर चीज मिले ना मिले जीव पानी दी लोड़ रोटी दी लोड़ नालों भी ज्यादा है। गुरु ने भी पानी इसे भी आख दिता, कहन लगे पहला पानी जीव है, पानी जीवन है। इसे भी पानी नु पिता भी आख दिता, प्रतिपालन आ रहा है ना, पालना करता है पिता है। गुरु ने पानी बिच आखिया पानी पिता जगत का, बल्कि इथों तक आ दिता पवन गुरु पानी पिता। पानी की लोड़ है, पानी बिना जीवन गुजरता नहीं। आकाश से उड़ारियां लगाने वाले पंछी भी पानी का सहारा ढूंढते हैं। जंगलों में रहने वाले जानवर भी तुसी कभी वेखो उन्होंने कोई ना कोई टिकाना ऐसा निश्चित किया होता है, पाल के जंगलों में पाल के वो कोई तालाब कोई पानी का चश्मा ऐसा निश्चित कर देने जिथों उन्होंने पानी नसीब हो सके। ते शिकारी उनकी कमजोरी तो फायदा उठाता है, जिहड़ी चीज की मनुख नूं लोड़ होवे ना उनकी कमजोरी होंदी है, जिंदे बिना गुजारा ना होवे वो मनुख की कमजोरी बन जाती है। जिस चीज बिना भी गुजारा ना हो, जिंदे बिना ना सरदा हो, मनुख की कमजोरी बन जाती, जीव की कमजोरी हो जाती। तो इस गल का पता शिकारी नू है कि पानी जान जंगलों के रहने वाले जानवर की कमजोरी है। उन्हें दिहाड़ी विच एक बार जरूर ऐसा टाइम निश्चित किया होता है। शिकारी को पूछ आप जिन्होंने ये समान गुजारे है उन्होंने पता है कि किसी ना किसी पानी के तालाब से जंगलों के जानवर जो पानी पीना आते हैं।
ਦਿਹਾੜੀ ਵਿੱਚ ਇੱਕ ਵਾਰ ਜ਼ਰੂਰ ਆਉਂਦੇ ਨੇ। ਉਹਨਾਂ ਦਾ ਸਮਾਂ ਨਿਸ਼ਚਿਤ, ਬਲਕਿ ਬਹੁਤੇ ਜਾਨਵਰ ਤਾਂ ਐਸੇ ਨੇ ਜਿਨ੍ਹਾਂ ਦਾ ਸਮਾਂ ਵੀ ਬੜਾ ਨਿਸ਼ਚਿਤ ਹੁੰਦਾ ਹੈ ਕਿ ਇਸ ਟਾਈਮ ਤੇ ਤਲਾਬ ਤੋਂ ਪਾਣੀ ਪੀਣ ਆਉਣਾ। ਤੇ ਸ਼ਿਕਾਰੀ ਨੂੰ ਪਤਾ ਹੈ ਉਹਨੇ ਪਾਣੀ ਪੀਣ ਆਉਣਾ, ਮੇਰੇ ਕੋਲ ਬੜਾ ਸਰ, ਮੈਂ ਕਿੱਥੇ ਜੰਗਲ ਵਿੱਚ ਪਾਣਾਂਗਾ ਜਾਨਵਰਾਂ ਨੂੰ, ਕਿੰਨਾ ਕਿੰਨਾ ਦਰਖਤਾਂ ਦੇ ਓਹਲੇ, ਕਿੰਨਾ ਕਿੰਨਾ ਝਾੜੀਆਂ ਵਿੱਚ ਪੱਤੇ ਵਿੱਚ ਛੁਪ ਕੇ ਬੈਠੇ ਨੇ, ਉਹਨਾਂ ਨੂੰ ਭਾਵਨਾ ਔਖਾ ਹੈ। ਉਹਨਾਂ ਦਾ ਤਾਂ ਸੌਖਾ ਤਰੀਕਾ ਹੈ ਕਿ ਉਹਨਾਂ ਦੀ ਕਮਜ਼ੋਰੀ ਦਾ ਫਾਇਦਾ ਉਠਾਓ। ਉਹਨੇ ਪਾਣੀ ਪੀਣਾ ਹੋਣਾ ਤੇ ਜਿੱਥੇ ਤਲਾਬ ਹੈ ਉਸ ਪਾਣੀ ਦੇ ਰਾਹ ਵਿੱਚ, ਤਲਾਬ ਦੇ ਰਾਹ ਵਿੱਚ ਉਹ ਸ਼ਿਸ਼ਤ ਬੰਨ ਕੇ ਬੈਠਾ ਹੈ, ਉਡੀਕਦਾ ਰਹਿੰਦਾ ਹੈ। ਕਦੋਂ ਤਲਾਬ ਤੇ ਜਿਹੜਾ ਜਾਨਵਰ ਪਾਣੀ, ਇਹ ਵੀ ਉਹਨੂੰ ਪਤਾ ਹੈ ਕਿ ਇਸ ਜਾਨਵਰ ਨੇ ਇੰਨੇ ਵਜੇ ਆਉਣਾ ਹੈ, ਇਸ ਟਾਈਮ ਤੇ ਆਉਣਾ, ਕਿਉਂਕਿ ਜਾਨਵਰ ਵੀ ਟਾਈਮ ਨਿਸ਼ਚਿਤ ਕਰਦੇ ਨੇ। ਜਿਹੜੇ ਛੋਟੇ ਨੇ, ਕਮਜ਼ੋਰ ਨੇ, ਉਹ ਚਾਹੁੰਦੇ ਨੇ ਕਿ ਦਿਨ ਖੜੇ ਖੜੇ ਅਸੀਂ ਪਾਣੀ ਪੀ ਆਈਏ। ਤਾਂ ਉਹ ਸ਼ਾਮ ਸਮਾਂ ਸ਼ਿਕਾਰੀ ਨੂੰ ਪਤਾ ਹੁੰਦਾ, ਉਹ ਸ਼ਿਸ਼ਤ ਬਣ ਕੇ ਉਸ ਰਾਹ ਦੇ ਦੁਆਲੇ ਬੈਠੇ ਹੁੰਦੇ ਨੇ। ਪਾਣੀ ਪੀਣ ਆਏਗਾ, ਸਾਨੂੰ ਭਾਲਣ ਜਾਣ ਦੀ ਲੋੜ ਨਹੀਂ ਪਵੇਗੀ, ਸ਼ਿਕਾਰ ਕਰ ਲਵਾਂਗੇ। ਤਲਾਬ ਤੇ ਉਸਨੇ ਆਉਣਾ। ਹੁਣ ਇਸ ਗੱਲ ਦਾ ਜ਼ਿਕਰ ਇੱਕ ਐਗਜ਼ਾਮਪਲ ਵਜੋਂ ਬਾਬਾ ਕਬੀਰ ਜੀ ਨੇ ਕੀਤਾ ਹੈ, ਦੇਖ ਲਏ ਭਾਵੇਂ ਐਗਜ਼ਾਮਪਲ ਵਰਤੇ ਨੇ, ਪਰ ਸੋਚਣਾ ਪਵੇਗਾ ਕਿ ਭਗਤ ਜਨ ਵੀ ਕਿੰਨੇ ਚੇਤੰਨ ਵਿਚਾਰਾਂ ਵਾਲੇ ਤੇ ਕਿੰਨੇ ਤਜਰਬੇ ਵਾਲੇ ਸਨ। ਜਦੋਂ ਕੋਈ ਐਗਜ਼ਾਮਪਲ ਤਿਆਰ ਕਰਨੀ ਹੁੰਦੀ ਹੈ ਨਾ, ਉਦੋਂ ਬੜੀ ਸੂਝ ਦੀ ਲੋੜ ਹੁੰਦੀ। ਹੁਣ ਬਾਬਾ ਕਬੀਰ ਇੱਕ ਐਗਜ਼ਾਮਪਲ ਸਮਾਜ ਦੇ ਸਾਡੇ ਸਾਹਮਣੇ ਰੱਖਦੇ ਨੇ ਤੇ ਕਹਿੰਦੇ ਨੇ ਸੰਸਾਰ ਜਿਹੜਾ ਇੱਕ ਬੜਾ ਖੂਬਸੂਰਤ ਤਲਾਬ ਹੈ, ਸੰਸਾਰ ਬੜਾ ਖੂਬਸੂਰਤ ਤਲਾਬ, ਇਹਦੇ ਵਿੱਚ ਚੱਕਾ ਚੌਂਕ ਹਰ ਪਾਸੇ ਖੇੜੇ, ਤਰ੍ਹਾਂ ਤਰ੍ਹਾਂ ਦੇ ਪਦਾਰਥ, ਤੇ ਇਹਦੇ ਵਿੱਚ ਭੋਗਾਂ ਦਾ ਵਿਕਾਰਾਂ ਦਾ ਪਾਣੀ ਵੀ ਭਰਿਆ ਹੋਇਆ, ਪਾਣੀ ਵੀ ਭਰਿਆ ਹੋਇਆ। ਤੇ ਹਰਨ ਜੀਵ ਜਿਹੜਾ ਹੈ ਉਹ ਇੱਕ ਹਰਨ ਹੈ, ਬਾਬਾ ਕਬੀਰ ਕਹਿੰਦੇ ਜੀਵ ਇੱਕ ਹਰਨ ਹੈ ਤੇ ਇੱਕ ਕਮਜ਼ੋਰ ਹਰਨ ਹੈ, ਦੁਬਲਾ, ਦੁਬਲਾ ਦਾ ਅਰਥ ਹੁੰਦਾ ਹੈ ਕਮਜ਼ੋਰ। ਆਪਾਂ ਜਿਹੜਾ ਕਮਜ਼ੋਰ ਜੇ ਬੱਚਾ ਹੋ ਗਿਆ, ਇਹ ਤਾਂ ਬੜਾ ਪਤਲਾ, ਦੁਬਲਾ ਪਤਲਾ ਹੈ, ਦੁਬਲਾ ਪਤਲਾ ਬਹੁਤ ਹੁੰਦਾ ਭਾਵ ਬਹੁਤ ਕਮਜ਼ੋਰ ਜਿਹਾ ਸਰੀਰ ਵਾਲਾ, ਦੁਬਲਾ ਦਾ ਅਰਥ ਹੁੰਦਾ ਹੈ ਕਮਜ਼ੋਰ। ਤੇ ਕਮਜ਼ੋਰ ਹੋਣ ਨੂੰ ਕਹਿੰਦੇ ਨੇ ਜਿਹਦੇ ਵਿੱਚ ਕੋਈ ਕਮਜ਼ੋਰੀ ਹੋਵੇ, ਕਮਜ਼ੋਰੀ ਜੀਵਨ ਵਿੱਚ ਕੋਈ ਇੱਕ ਨਹੀਂ, ਜਦੋਂ ਗੁਰਬਾਣੀ ਦੇ ਵਿਚਾਰ ਵਿੱਚ ਜੀਵਨ ਵਿੱਚ ਇੱਕ ਕਮਜ਼ੋਰੀ ਨਹੀਂ। ਇੱਥੇ ਅਜੇ ਫਿਲਹਾਲ ਸਮੁੱਚਾ ਲਫ਼ਜ਼ ਵਰਤਿਆ, ਕਹਿੰਦੇ ਨੇ ਜੀਵ ਜਿਹੜਾ ਹੈ ਉਹ ਇੱਕ ਹਰਨ ਹੈ, ਮਿਰਗ ਹੈ, ਤੇ ਇਹਦੇ ਵਿੱਚ ਵੀ ਕਮਜ਼ੋਰੀ ਹੈ, ਕਮਜ਼ੋਰ ਹੈ। ਤੇ ਤਲਾਬ ਭਰਿਆ ਹੋਇਆ ਪਾਣੀ ਦਾ, ਉਹ ਵੀ ਇਹਦੀ ਕਮਜ਼ੋਰੀ, ਉੱਥੇ ਵੀ ਇਹਨੇ ਜਾਣਾ, ਜ਼ਰੂਰ ਜਾਣਾ। ਚਾਹ ਚ ਫੇਰੇ ਹਰਿਆਵਲ ਹੈ, ਉੱਥੇ ਦਿਲ ਵੀ ਇਸ ਤਰ੍ਹਾਂ ਲੱਗਣਾ, ਜਾਂਦਾ ਵੀ ਜ਼ਰੂਰ। ਤੇ ਕਹਿਣ ਲੱਗੇ ਅਜੀਬ ਘਟਨਾ ਇਹ ਹੈ ਕਿ ਇੱਕ ਸ਼ਿਕਾਰੀ ਨਹੀਂ, ਇਹਦੀ ਇਸ ਕਮਜ਼ੋਰੀ, ਇਹਦੀ ਇਸ ਲੋੜ, ਪਾਣੀ ਦੀ ਲੋੜ ਤੇ ਇਸ ਤਲਾਬ ਦੀ ਹਰਿਆਵਲ ਦੀ ਖੂਬਸੂਰਤੀ ਜਿਹੜੀ ਇਹਦੀ ਲੋੜ ਹੈ, ਜਿਹਦਾ ਬੱਝਿਆ ਹੋਇਆ ਹਿਰਨ ਸ਼ਾਮ ਨੂੰ ਆਉਣਾ ਹੀ ਆਉਣਾ ਹੈ, ਉਸ ਹਰਨ ਦਾ, ਦੁਬਲੇ ਕਮਜ਼ੋਰੀ ਭਰੇ ਹਰਨ ਦਾ ਸ਼ਿਕਾਰ ਖੇਡਣ ਲਈ ਕੋਈ ਇੱਕ ਸ਼ਿਕਾਰੀ ਨਹੀਂ, ਇੱਕ ਸ਼ਿਕਾਰੀ ਨਹੀਂ। ਮਨੁੱਖ ਦੇ ਅੰਦਰ ਜਿੰਨੇ ਵਿਕਾਰ ਨੇ ਨਾ, ਉਹ ਸਾਰੇ ਜੀਵ ਦੇ ਸ਼ਿਕਾਰੀ ਨੇ, ਉਹ ਇਹਦਾ ਜੀਵਨ, ਆਖਰ ਤਾਂ ਸ਼ਿਕਾਰੀ ਦਾ ਮਤਲਬ ਹੈ ਜੀਵਨ ਬਰਬਾਦ ਕਰਨ ਵਾਲਾ,
ਮੌਤ ਦਾ ਵਪਾਰੀ ਤੇ ਵਿਕਾਰ ਜਿਹੜੇ ਨੇ ਉਹ ਆਤਮਕ ਜੀਵਨ ਜਿਹੜਾ ਹੈ ਉਹਨੂੰ ਬਰਬਾਦ ਕਰਦੇ ਨੇ। ਉੱਥੇ ਆਤਮਾ ਮਰਦੀ ਹੈ, ਉੱਥੇ ਜੀਵ ਮਰਦਾ ਹੈ। ਸਰੀਰ ਤਾਂ ਹੋਰ ਸਾਧਨਾਂ ਨਾਲ ਮਰਦਾ ਹੈ ਨਾ, ਤਲਵਾਰ ਨਾਲ, ਗੋਲੀ ਨਾਲ, ਜ਼ਹਿਰ ਨਾਲ, ਅਨੇਕਾਂ ਚੀਜ਼ਾਂ ਨਾਲ ਸਰੀਰ ਮਰਦਾ ਹੈ। ਪਰ ਜ਼ਮੀਰ ਜਿਹੜੀ ਅੰਦਰਲਾ ਜੀਵ ਹੈ ਉਹ ਗੁਨਾਹਾਂ ਨਾਲ, ਵਿਕਾਰਾਂ ਨਾਲ ਮਰਦਾ। ਉਹਦੇ ਅੰਦਰ ਦਾ ਜੀਵਨ ਇਹ ਖਤਮ ਹੁੰਦਾ। ਤੇ ਮਨ ਨੂੰ ਜਿੰਨੇ ਵਿਕਾਰ ਨੇ ਉਹ ਜੀਵ ਨੂੰ ਮਾਰਨ ਲਈ ਇੱਕ ਸ਼ਿਕਾਰੀ ਬਣੇ ਬੈਠੇ ਨੇ। ਇੱਕ ਵਿਕਾਰ ਨਹੀਂ, ਵਿਕਾਰਾਂ ਦੇ ਲਾਈਨਾਂ ਲੱਗੀਆਂ ਹੋਈਆਂ ਨੇ ਅੰਦਰ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਵੈਰਤਾ, ਨਿੰਦਾ, ਚੁਗਲੀ, ਕਿੰਨੇ ਕਿੰਨੇ ਗੁਰੂ ਨੇ ਵੀ ਨਹੀਂ ਕਹਿਣਾ ਪਿਆ। ਹਮਰੇ ਅਵਗਣ ਬਹੁਤ ਬਹੁਤ, ਮੇਰੇ ਕੋਲ ਤਾਂ ਗਿਣੇ ਨਹੀਂ ਜਾ ਸਕਦੇ ਕਿੰਨੇ ਅਵਗੁਣ ਮੇਰੇ ਅੰਦਰ। ਉਹ ਸਾਰੇ ਅਵਗੁਣ ਮੇਰੇ ਜੀਵਨ ਨੂੰ ਖਤਮ ਕਰਨ ਵਾਲੇ ਨੇ। ਨਾਨਕ ਅਵਗੁਣ ਜੇਤੜੇ ਤੇਤੇ ਗਲੀ ਜ਼ੰਜੀਰ। ਉਹ ਸਾਰੇ ਮੇਰੇ ਦੁਸ਼ਮਣ ਨੇ, ਮੇਰੇ ਸ਼ਿਕਾਰੀ ਨੇ। ਉਹ ਮੇਰਾ ਸ਼ਿਕਾਰ ਖੇਡਣਾ ਚਾਹੁੰਦੇ ਨੇ, ਖਤਮ ਕਰਨਾ ਚਾਹੁੰਦੇ ਨੇ। ਨਾਨਕ ਅਵਗੁਣ ਜੇਤੜੇ, ਹਮਰੇ ਅਵਗੁਣ ਬਹੁਤ ਬਹੁਤ, ਬਹੁਤ ਅਵਗੁਣ ਨੇ ਮੇਰੇ ਅੰਦਰ। ਉਹ ਬਾਰ ਬਾਰ ਹਰ ਗਣਤ ਨਾ ਆਵੇ ਮੇਰੇ ਕੋਲ। ਕੋਸ਼ਿਸ਼ ਕਰਦਾ ਵੀ ਇਹਨਾਂ ਦੀ ਗਿਣਤੀ ਕਰ ਲਵਾਂ, ਕਿਸੇ ਤੋਂ ਬਚ ਸਕਦਾ। ਕਹਿੰਦਾ ਨਹੀਂ, ਗਿਣਤੀ ਕੋਈ ਨਹੀਂ, ਇੰਨੇ ਅਵਗੁਣ ਨੇ। ਐਸੇ ਵੀ ਅਵਗੁਣ ਨੇ ਜਿਹੜੇ ਮਨੁੱਖ ਨਾ ਚਾਹੁੰਦੇ ਹੋਇਆਂ ਵੀ ਪ੍ਰਵੇਸ਼ ਕਰ ਜਾਂਦੇ। ਜ਼ਿੰਦਗੀ ਦਾ ਐਸਾ ਹਿੱਸਾ ਵੀ ਹੈ ਜਿਹਦੇ ਚ ਮਨੁੱਖ ਝੂਠ ਨਹੀਂ ਬੋਲਣਾ ਚਾਹੁੰਦਾ, ਪਰ ਸੁਭਾਵਿਕ ਵੀ ਬੋਲਿਆ ਜਾਂਦਾ। ਜੇਬ ਵਿੱਚ ਪੈਸਾ ਹੈ, ਬੱਚੇ ਨੇ ਆ ਕੇ ਆਖਿਆ ਬਾਪੂ ਪੈਸਾ ਜਾਂ ਮੇਰੇ ਕੋਲ ਕੁੜੀ ਮੰਮੀ ਕੋਲ ਲੈ ਲੈ, ਹੁਣ ਪਤਾ ਹੈ ਵੀ ਜੇਬ ਵਿੱਚ ਹੈ। ਹੁਣ ਝੂਠ ਨਹੀਂ ਪਰ ਬੋਲਿਆ ਗਿਆ। ਕੋਈ ਜ਼ਿੰਦਗੀ ਦੇ ਐਸੇ ਹਿੱਸੇ ਨੇ ਜਿਹੜੇ ਜੀਵਨ ਦੀ ਖੁਰਾਕ ਵਾਂਗੂ ਅਵਗੁਣ ਆ ਗਏ ਨੇ, ਉਹ ਹੁਣ ਜੀਵਨ ਦੀ ਖੁਰਾਕ ਹਿੱਸਾ ਬਣ ਚੁੱਕੇ ਨੇ। ਉਹਨੂੰ, ਉਹਦੇ ਕੋਲੋਂ ਸਾਨੂੰ ਬਚਣਾ ਔਖਾ। ਗੁਰੂ ਨੇ ਵੀ ਬਾਣੀ ਵਿੱਚ ਇਹੋ ਖਿਆਲ ਦਿੱਤਾ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਇੰਨੇ ਮੇਰੇ ਦੁਆਰੇ ਸ਼ਿਕਾਰੀ ਨੇ ਕਿ ਮੈਂ ਇਕੱਲਾ ਅਤੇ ਉਹ ਵੀ ਦੁਬਲਾ ਕਮਜ਼ੋਰ ਹੈ। ਹੁਣ ਕਮਜ਼ੋਰੀ ਇੱਕ ਤਰ੍ਹਾਂ ਦੀ ਨਹੀਂ, ਸਰੀਰ ਦੀ ਕਮਜ਼ੋਰੀ ਵੀ ਹੈ। ਸ੍ਰੀ ਗੁਰੂ ਸਾਹਿਬ ਦੀ ਬਾਣੀ ਅੰਦਰ ਇੱਕ ਥਾਂ 'ਤੇ ਕੋਈ ਸ਼ਬਦ ਹੈ, ਉਹਦੇ ਵਿੱਚ ਵੀ ਲਫ਼ਜ਼ ਦੁਬਲਾ ਵਰਤਿਆ ਗਿਆ। ਕਹਿੰਦੇ ਨੇ ਜੇ ਕੋ ਹੋਵੇ ਦੁਬਲਾ, ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਦੀ ਪੀਰ ਹੈ। ਇਹਦੀ ਕਮਜ਼ੋਰੀ ਆਰਥਿਕ ਤੋਂ ਪੱਖੋਂ ਕਮਜ਼ੋਰ ਹੋਣਾ, ਕੋਲ ਕੁਝ ਨਾ ਹੋਵੇ, ਰਾਜ ਰੋਟੀ ਨਾ ਮਿਲੇ, ਉਹਦਾ ਵੀ ਸ਼ਿਕਾਰੀ ਬੈਠੇ ਨੇ ਜਿਹੜੇ ਨਜਾਇਜ਼ ਫਾਇਦਾ ਉਠਾਉਂਦੇ ਨੇ। ਗਰੀਬ ਹੈ, ਇਹਦੀ ਗਰੀਬੀ ਤੋਂ ਫਾਇਦਾ ਉਠਾਓ, ਉਹ ਵੀ ਸ਼ਿਕਾਰੀ। ਉਹਦੇ ਪੱਲੇ ਤਾਂ ਦਬੜਾ ਨਹੀਂ, ਪੈਸਾ ਨਹੀਂ, ਉਹਨੂੰ ਕੋਈ ਸਹਾਰਾ ਦੇਣ ਵਾਲਾ, ਧੀਰਜ ਦੇਣ ਵਾਲਾ ਵੀ ਕੋਈ ਨਹੀਂ। ਗੁਰੂ ਸਾਹਿਬ ਬਾਣੀ ਵਿੱਚ ਆਖ ਕੇ ਕਹਿਣ ਲੱਗੇ ਜੇ ਕੋ ਹੋਵੇ ਦੁਬਲਾ, ਨੰਗ ਭੁੱਕੀ ਪੀਰ, ਦਬੜਾ ਪੱਲੇ ਨਾ ਪਵੇ, ਇਹ ਵੀ ਦੁਬਲਾ। ਨਾ ਕੋ ਦੇਵੇ ਧੀਰ, ਸਵਾਰਥ ਸਵਾਓ ਨਾ ਕੋ ਕਰੇ, ਨਾ ਕਿਛ ਹੋਵੇ ਕਾਜੋਂ ਦੇ, ਕੰਮ ਵੀ ਕੋਈ ਨਹੀਂ ਆਉਂਦਾ, ਉਹਦਾ ਹੱਥ ਵੀ ਦੁੱਖ ਵੇਲੇ ਕੋਈ ਨਹੀਂ ਵਟਾਉਂਦਾ। ਕਿਸੇ ਗਰੀਬ ਦੀ ਬੱਚੀ ਦੀ ਸ਼ਾਦੀ ਹੋਵੇ, ਉੱਥੇ ਕਿਸੇ ਨੇ ਜਾ ਕੇ ਇਹ ਵੀ ਨਹੀਂ ਆਖਣਾ ਕਿ ਮੈਨੂੰ ਕੋਈ ਸੇਵਾ ਦੇ ਦੇ, ਅਮੀਰ ਦੇ ਘਰ ਆਪ ਜਾ ਕੇ ਚੱਕਰ ਲਾਉਣੇ, ਕੋਈ ਮੈਨੂੰ ਕੰਮ ਦੇ। ਕਹਿਣ ਲੱਗੇ ਸਵਾਰਥ ਸਵਾਓ ਨਾ ਕੋ ਕਰੇ, ਸੋ ਗਰੀਬੀ ਵੀ ਇੱਕ ਕਮਜ਼ੋਰੀ, ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ, ਉਹਨੂੰ ਨੰਗੇ ਭੁੱਖ, ਨੰਗ ਭੁੱਖ ਦੀ ਪੀੜਾ ਹੈ। ਮੈਨੂੰ ਗੱਲ ਨਾਲ ਗੱਲ ਅੱਗੇ ਜੋੜਦੀ ਹੈ, ਮੈਂ ਹੈਰਾਨ ਹੁੰਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਹਰ ਗੱਲ ਦਾ ਜਵਾਬ ਹੈ। ਕਹਿੰਦੇ ਨੇ ਜੇ ਗੁਰੂ ਭੁੱਖ ਮਿਟਾਉਂਦਾ ਹੈ
ਕਿਵੇਂ ਮਿਟਾਉਂਦਾ ਕਿ ਪੈਸੇ ਦੇ ਦਿੰਦਾ ਉਹਨੂੰ ਕੁਝ ਚੇਕ ਕੱਟ ਕੇ ਦੇ ਦਿੰਦਾ ਕੋਈ ਦੌਲਤ ਦਿੰਦਾ ਗੁਰਬਾਣੀਆਂ ਤੇ ਲੱਭਦਾ ਆਏ ਨੇ ਕਿ ਗੁਰੂ ਜਿਹੜਾ ਉਹ ਭੁੱਖ ਮਿਟਾਉਂਦਾ ਗੁਰਸਿੱਖਾਂ ਮਨ ਹਰਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਕਰ ਸੇਵੈ ਪੂਰਾ ਸਤਿਗੁਰੂ ਭੁੱਖ ਜਾਏ ਲਹੇ ਮੇਰੀ ਜੇ ਤੂੰ ਸਤਿਗੁਰੂ ਨੂੰ ਸੇਵਦਾ ਭੁੱਖ ਚੜੀ ਜਾਂਦੀ ਹੈ ਭੁੱਖ ਚੜੀ ਕਿਵੇਂ ਜਾਂਦੀ ਹੈ ਕੋਈ ਉਹਦੇ ਘਰ ਦੌਲਤ ਆ ਜਾਂਦੀ ਹੈ ਗੁਰੂ ਇਸ ਨਾਲ ਦੌੜ ਦਿੰਦਾ ਅਜੀਬ ਗੱਲ ਹੈ ਗੁਰੂ ਨੇ ਜਵਾਬ ਬੜਾ ਖੂਬਸੂਰਤ ਦਿੱਤਾ ਇੱਕ ਤਰ੍ਹਾਂ ਤੇ ਲਾਈਨ ਹੈ ਕਹਿੰਦੇ ਨੇ ਸਹਿ ਨੰਗੇ ਨੈ ਨੰਗ ਭੁੱਖੇ ਲੱਖ ਨਾ ਭੁੱਖਿਆ ਗੁਰਬਾਣੀ ਦਾ ਜਵਾਬ ਹੈ ਕਹਿੰਦੇ ਨੇ ਸੌ ਨੰਗਾ ਹੋਵੇ ਨੰਗ ਤੇਰੇ ਕੋਲ ਪਰ ਤੂੰ ਨੰਗਾ ਨਹੀਂ ਲੱਖਾਂ ਭੁੱਖਾਂ ਤੇਰੇ ਘਰ ਵਿੱਚ ਹੋਣ ਪਰ ਤੂੰ ਭੁੱਖਾ ਨਹੀਂ ਲੱਖ ਕੋੜ ਭਾਵ ਵੀ ਦੁੱਖ ਤੈਨੂੰ ਚਾਰ ਚੁਫੇਰੋਂ ਘੇਰ ਕੇ ਬੈਠੇ ਹੋਣ ਪਰ ਤੂੰ ਦੁਖੀ ਨਹੀਂ ਸਹਿ ਨੰਗੇ ਨਹਿ ਨੰਗ ਭੁੱਖੇ ਲੱਖ ਨਾ ਭੁੱਖਿਆ ਦੁੱਖੇ ਕੋੜ ਇੱਥੇ ਕੋੜ ਤੋਂ ਭਾਵ ਹੈ ਕੋੜੀ ਪੁਰਾਣੇ ਸਮੇਂ ਦੀ ਗਿਣਤੀ 'ਚ ਕੋੜੀ ਵੀਹ ਨੂੰ ਆਖਦੇ ਸਨ ਕਿੰਨੀਆਂ ਕੋੜੀਆਂ ਪੁਰਾਣੀ ਗਿਣਤੀ ਪੁਰਾਣੀ ਚੀਜ਼ ਕਿੰਨੀਆਂ ਕੌੜੀਆਂ ਭਾਵ ਕਿੰਨੇ ਵੀਹ ਆ ਉਦੋਂ ਵੀਹ ਤੋਂ ਜ਼ਿਆਦਾ ਗਿਣਤੀ ਵੀ ਆਮ ਲੋਕਾਂ ਨੂੰ ਯਾਦ ਅਨਪੜ੍ਹਤਾ ਸੀ ਲਿਖਣ ਪੜ੍ਹਨ ਦੇ ਦਿਨ ਨਹੀਂ ਸੀ ਨਤੀਜੇ ਸੌ ਕਿਸੇ ਨੂੰ ਯਾਦ ਵੀ ਨਹੀਂ ਸੀ ਹੁੰਦਾ ਵੀਹ ਤੱਕ ਹੀ ਗਿਣਤੀ ਯਾਦ ਕਰਦੇ ਅਤੇ ਆਖਦੇ ਸਿਰ ਇੰਨੇ ਵੀਹਾਂ ਇਹ ਕੰਮ ਕਰਨਾ ਅਤੇ ਗੁਰੂ ਨੇ ਕੋੜ ਲਫ਼ਜ਼ ਵਰਤਿਆ ਉਹ ਕਹਿਣ ਲੱਗੇ ਦੁੱਖੇ ਕੋੜ ਨਾ ਦੁੱਖ ਵੀਹ ਦੁੱਖ ਤੈਨੂੰ ਲੱਗੇ ਹੁਣ ਤਾਂ ਪਰ ਦੁਖੀ ਨਹੀਂ ਸਵਾਲ ਤਾਂ ਇਹ ਵੀ ਕੋਈ ਭੁੱਖਾ ਜੇ ਉਹਦੇ ਕੋਲ ਭੁੱਖ ਹੈ ਤਾਂ ਭੁੱਖਾ ਕਿਉਂ ਨਹੀਂ ਗੁਰੂ ਕੀ ਕਰਨਾ ਕੀ ਦਿੰਦਾ ਇਹ ਸਾਰੀਆਂ ਗੱਲਾਂ ਗੁਰਬਾਣੀ ਵਿੱਚੋਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਕੀ ਦਿੰਦਾ ਗੁਰੂ ਕਹਿੰਦੇ ਇਹ ਨਹੀਂ ਕਿ ਉਹਦੇ ਹੱਥ ਘਰ ਦੌਲਤ ਭੇਜ ਦਿੰਦਾ ਉਹ ਤਾਂ ਉਹਨੂੰ ਕਹਿੰਦਾ ਦੌਲਤ ਤਾਂ ਤੈਨੂੰ ਕਮਾਉਣੀ ਪੈਗੀ ਨੰਗੇ ਲਾਉਣੀ ਪੈਦਾ ਕਰਨਾ ਉਦਮ ਕਰਿੰਦੇ ਆ ਜੀ ਉਹ ਤੂੰ ਕਮਾਉਂਦੇ ਆ ਸੁੱਖ ਪੁੰਜ ਉਹਨੂੰ ਕਮਾਈ ਵਾਲੇ ਪਾਸੇ ਲਾਉਂਦਾ ਹੈ ਪਰ ਨਾਲ ਕਰਦਾ ਕੀ ਹੈ ਜਿਹੜੀ ਚੀਜ਼ ਉਹਨੂੰ ਦੇਣ ਵਾਲੀ ਹੈ ਤੂੰ ਤੂੰ ਇਹ ਗੱਲਾਂ ਨਾਲ ਜੁੜਦੀਆਂ ਨੇ ਗੁਰੂ ਅਤੇ ਰੱਬ ਦੋਨੋਂ ਦੇ ਨਹੀਂ ਆਪਾਂ ਕਈ ਵਾਰੀ ਸੂਕਸ਼ਮ ਹੈ ਰੱਬ ਵੀ ਸੂਕਸ਼ਮ ਹੈ ਗੁਰੂ ਵੀ ਸੂਕਸ਼ਮ ਹੈ ਉਹ ਸ਼ਬਦ ਹੈ ਸੂਕਸ਼ਮ ਹੈ ਉਹ ਨਿਰਆਕਾਰ ਹੈ ਸੂਕਸ਼ਮ ਹੈ ਇਸ ਲਈ ਉਹਦੀਆਂ ਦਾਤਾਂ ਵੀ ਸੂਕਸ਼ਮ ਨੇ ਸਥੂਲ ਨੇ ਦਾਤਾਂ ਸੂਕਸ਼ਮ ਨੇ ਹੁਣ ਕਰਦਾ ਕਿ ਇਹ ਭੁੱਖ ਕਿਸੇ ਦੀ ਮਿਟਾਉਣ ਲਈ ਉਹ ਰੋਟੀ ਨਹੀਂ ਘਰ ਭੇਜਦਾ ਸੰਤੋਖ ਭੇਜ ਦਿੰਦਾ ਰੋਟੀ ਸਥੂਲ ਹੈ ਰੋਟੀ ਸਥੂਲ ਹੈ ਪਰ ਸੰਤੋਖ ਇੱਕ ਭਾਵਨਾ ਹੈ ਉਹ ਸਥੂਲ ਨਹੀਂ ਉਹ ਸੂਕਸ਼ਮ ਹੈ ਕਿਸੇ ਦਾ ਮਨ ਸੰਤੋਖੀ ਹੋ ਜਾਣਾ ਰੱਜ ਜਾਣਾ ਆਪੇ ਗੁਰੂ ਨੂੰ ਬਾਣੀ ਵਿੱਚ ਕਹਿ ਦਿੱਤਾ ਬਿਨਾਂ ਸੰਤੋਖ ਆਪਸ ਕੁਨੀ ਸਭ ਪੜ੍ਹਦੇ ਹਾਂ ਬਿਨਾਂ ਸੰਤੋਖ ਨਹੀਂ ਕੋ ਰਾਜੇ ਓਨੀ ਦੇਰ ਰੱਜ ਨਹੀਂ ਹੁੰਦਾ ਜਿੰਨੀ ਦੇਰ ਸੰਤੋਖ ਨਾ ਆਵੇ ਅਨੇਕਾਂ ਲੋਕ ਉਹ ਨੇ ਜਿਹਨਾਂ ਕੋਲ ਦੌਲਤ ਦੀ ਕਿਸੇ ਸੰਸਾਰਕ ਪਦਾਰਥਾਂ ਦੀ ਥੋੜ ਕੋਈ ਨਹੀਂ ਪਰ ਅੰਦਰ ਭੁੱਖਾ ਹੈ ਸਹਿਸ ਕਹਤੇ ਸਹਿਸ ਖਟੇ ਲੱਖ ਕੋ ਉੱਠਦਾ ਵੈ ਤ੍ਰਿਪਤ ਨਾ ਆਵੇ ਤ੍ਰਿਪਤ ਦਾ ਮਤਲਬ ਵੀ ਉਹ ਹੀ ਰੱਜ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਣਕ ਭੋਗ ਵਿਖਿਆ ਕੇ ਕਰੇ ਨੈ ਤ੍ਰਿਪਤ ਆਵੇ ਖਪ ਖਪ ਮਰੇ ਅਗਲੀ ਲਾਈਨ ਹੈ ਬਿਨਾਂ ਸੰਤੋਖ ਨਹੀਂ ਕੋ ਰਾਜੇ ਗੁਰੂ ਸਿੱਖ ਦੇ ਘਰ ਜੇ ਭੁੱਖ ਹੋਵੇ ਤਾਂ ਇਹ ਨਹੀਂ ਕਿ ਰੋਟੀ ਭੇਜਦਾ ਦਾਣਿਆਂ ਦੀ ਬੋਰੀ ਭੇਜ ਦਿੰਦਾ ਨਹੀਂ ਉਹਦੇ ਅੰਦਰ ਇੱਕ ਸੰਤੋਖ ਦੀ ਬਖਸ਼ਿਸ਼ ਕਰਦਾ ਉਹਦਾ ਰੱਜ ਅੰਦਰ ਪੈਦਾ ਹੋ ਜਾਂਦਾ ਭੁੱਖ ਮਿਟ ਗਈ ਕਿਉਂਕਿ ਗੁਰੂ ਸਥੂਲ ਨਹੀਂ
ਇਸ ਲਈ ਉਹਦੇ ਪਦਾਰਥ ਵੀ ਸੂਖਸ਼ਮ ਨੇ। ਉਹ ਤੁਹਾਡੇ ਅੰਦਰ ਜੀਵਨ ਦੇ ਅੰਦਰ ਗੁਣ ਪੈਦਾ ਕਰਦਾ ਹੈ ਤੇ ਨਾਲ ਇੱਕ ਉਦਮ ਵੀ ਇੱਕ ਗੁਣ ਹੈ। ਕਹਿੰਦਾ ਉਦਮ ਨਾਲ ਕਮਾਈ ਕਰ। ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਤੂੰ ਕਮਾਈ ਨਾ ਕਰ, ਤੇਰੇ ਕੋਲ ਦੌਲਤ ਨਾ ਹੋਵੇ, ਲੇਕਿਨ ਤੈਨੂੰ ਪਤਾ ਹੋਵੇ ਉਹ ਉਦਮ ਵਿੱਚੋਂ ਮਿਲਣੀ ਹੈ। ਉਦਮ ਕਹਿੰਦੇ ਆ ਜੀ ਉਹ ਤੂੰ ਕਮਾਉਂਦੇ ਆ ਸੁਪਨਸ, ਮੈਂ ਤੈਨੂੰ ਦੇਣਾ ਚਾਹੁੰਦਾ ਰੱਜ। ਉਹ ਰੱਜ ਮਿਲਦਾ ਸੰਤੋਖ ਵਿੱਚੋਂ, ਤੇ ਜਿੱਥੇ ਸੰਤੋਖ ਆ ਜਾ ਉੱਥੇ ਹੋਣਾ ਧਰਮ, ਕਿਉਂਕਿ ਜਿਹਦੇ ਕੋਲ ਸੰਤੋਖ ਹੈ ਉਹ ਕਿਸੇ ਪਰਾਏ ਧਨ ਤੇ ਹੱਥ ਨਹੀਂ ਉਠਾਏਗਾ। ਜਿਹਦੇ ਕੋਲ ਸੰਤੋਖ ਹੈ ਉਹ ਚੋਰੀ ਨਹੀਂ ਕਰੇਗਾ, ਜਿਹਦੇ ਕੋਲ ਸੰਤੋਖ ਹੈ ਉਹ ਠੱਗੀ ਨਹੀਂ ਕਰੇਗਾ, ਉਹਦੇ ਮਨ ਰੱਜਿਆ ਹੋਇਆ। ਇਸ ਲਈ ਗੁਰੂ ਨੇ ਸਾਰੇ ਅਵਗੁਣਾਂ ਨੂੰ ਮਿਟਾਉਣ ਲਈ ਇੱਕ ਸੰਤੋਖ ਦੀ ਬਖਸ਼ਿਸ਼ ਕਰ ਦਿੱਤੀ। ਗੁਰੂ ਕਹਿੰਦੇ ਨੇ ਇਹ ਕਾਰਨ ਸਮਝਣਾ ਹੈ ਕਿ ਗੁਰੂ ਜਿਹੜੀ ਚੀਜ਼ ਦਿੰਦਾ ਹੈ ਉਹ ਸੂਖਸ਼ਮ ਦਿੰਦਾ, ਦਿੰਦਾ ਸੰਤੋਖ। ਜਦੋਂ ਸੰਤੋਖ ਕੋਲ ਆ ਗਿਆ ਲੱਖਾਂ ਭੁੱਖਾਂ ਪਈਆਂ ਹੋਰ ਕੁਛ ਨਹੀਂ, ਉਹ ਰੱਜਿਆ ਪਿਆ। ਸਹਿ ਨੰਗੇ ਨਾ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁੱਖੇ ਕੋਲ ਨਾ ਦੁੱਖ, ਨਾਨਕ ਪ੍ਰੀਤ ਬਖਨ ਤੋਂ ਸੱਚ ਦਾਣੀ। ਜਿਹੜਾ ਰੱਬ ਨਾਲ ਜੁੜਦਾ ਹੈ ਨਾ ਉਹਦੇ ਉਹਨੂੰ ਆਹ ਚੀਜ਼ਾਂ ਬਖਸ਼ਿਸ਼ ਵਿੱਚ ਸੂਖਸ਼ਮ ਰੂਪ ਵਿੱਚ ਮਿਲ ਜਾਂਦੀਆਂ। ਤਾਂ ਗੁਰੂ ਇੱਥੇ ਵੀ ਇਹੋ ਗੱਲ ਕਹਿੰਦੇ ਨੇ, ਕਹਿੰਦੇ ਨੇ ਦੇਖਣ ਵਾਲੀ ਗੱਲ ਇਹ ਹੈ ਕਿ ਭੁੱਖ ਜਿਹੜੀ ਹੈ ਇੱਕ ਬੜੀ ਵੱਡੀ ਜਿਸਨੂੰ ਕਹਿੰਦੇ ਦੁਰਬਲਤਾ ਹੈ, ਕਮਜ਼ੋਰੀ ਹੈ। ਮਨੁੱਖ ਭੁੱਖ ਦਾ ਮਾਰਿਆ ਹੋਇਆ ਗੁਲਾਮ ਹੁੰਦਾ ਹੈ, ਮਨੁੱਖ ਭੁੱਖ ਦਾ ਮਾਰਿਆ ਹੋਇਆ ਜ਼ਾਲਮ ਹੁੰਦਾ। ਮੈਂ ਇੱਕ ਵਾਰ ਕੀਤੀ ਸੀ, ਜੇ ਕਿਸੇ ਬਲਵਾਨ ਨੂੰ ਭੁੱਖ ਲੱਗੇ ਤਾਂ ਉਹ ਜ਼ਾਲਮ ਬਣੇਗਾ, ਦੂਜੇ ਕੋਲੋਂ ਖੋਹ ਕੇ ਖਾਏਗਾ। ਤੇ ਜੇ ਕਿਸੇ ਕਮਜ਼ੋਰ ਦੁਬਲੇ ਨੂੰ ਭੁੱਖ ਲੱਗੇ ਤਾਂ ਉਹ ਖੋਹ ਤਾਂ ਸਕਦਾ ਨਹੀਂ, ਫਿਰ ਉਹ ਮੰਗਤਾ ਬਣੇਗਾ, ਆ ਕੇ ਕਹੇ ਚਲੋ ਮੈਨੂੰ ਵੀ ਥੋੜ੍ਹੀ ਜਿਹੀ ਦੇ। ਤੋ ਮੰਗਤਾਪਣ ਜਿਹੜਾ ਇਹ ਦੁਬਲਤਾ ਦਾ ਨਿਸ਼ਾਨੀ ਹੈ, ਕਮਜ਼ੋਰੀ ਦੀ ਨਿਸ਼ਾਨੀ ਹੈ, ਉਹ ਆਤਮਕ ਮੌਤ ਹੈ। ਇੱਥੇ ਲਫ਼ਜ਼ ਗੁਰੂ ਨੇ ਇਸੇ ਲਈ ਕਹਿ ਦਿੱਤਾ, ਕਹਿਣ ਲੱਗੇ ਜੇ ਕੋ ਹੋਵੇ ਦੁਬਲਾ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ। ਪਰ ਗੁਰੂ ਰਹਿਮਤ ਕਰੇ ਤਾਂ ਉਹਦਾ ਮਨ ਰੱਜ ਕੇ ਰਾਜਿਆਂ ਵਾਲਾ ਹੋ ਜਾਂਦਾ ਹੈ। ਚੇਤਾ ਦੇ ਉਸ ਬਾਦਲ ਨਿਚਲ ਹੋਵੇ ਰਾਜ, ਦੁਨੀਆਂ ਦੇ ਰਾਜੇ ਤਾਂ ਆਪਣੇ ਰਾਜ ਨੂੰ ਸੰਭਾਲ ਸੰਭਾਲ ਕੇ ਰੱਖਣ ਲਈ ਫੌਜਾਂ ਰੱਖਦੇ ਨੇ, ਹਥਿਆਰ ਬਣਾਉਂਦੇ ਨੇ, ਕੋਈ ਰਾਜ ਖੋਹ ਨਾ ਲੈ। ਪਰ ਜਿਹਦੇ ਅੰਦਰ ਰੱਜ ਆ ਜਾਏ ਨਾ ਉਹ ਰਾਜਾ ਐਸਾ ਹੁੰਦਾ, ਉਹਦਾ ਰਾਜ ਕੋਈ ਖੋਹ ਹੀ ਨਹੀਂ ਸਕਦਾ। ਕਹਿਣ ਲੱਗੇ ਜਾਂ ਕੋ ਚਿੰਤਾ ਬਹੁਤ ਬਹੁਤ, ਇਹ ਵੀ ਕਮਜ਼ੋਰੀ ਹੈ, ਦੇਹੀ ਵਿਆਪੈ ਰੋਗ, ਸਰੀਰਕ ਤੌਰ ਤੇ ਕਮਜ਼ੋਰ ਹੋਣਾ, ਮਨੁੱਖ ਦੀ ਕਮਜ਼ੋਰੀ ਦੀਆਂ ਇੱਕ ਦਿਸ਼ਾ ਨਹੀਂ। ਜਿਹੜਾ ਸਰੀਰਕ ਤੌਰ ਤੇ ਕਮਜ਼ੋਰ ਹੁੰਦਾ ਹੈ ਉਹ ਵੀ ਸੰਸਾਰ ਅੰਦਰ ਵੱਡਾ ਦੁੱਖ ਮਹਿਸੂਸ ਕਰਦਾ ਹੈ, ਕਿਉਂਕਿ ਜਦੋਂ ਸਰੀਰਕ ਤੌਰ ਤੇ ਕਮਜ਼ੋਰੀ ਆਉਂਦੀ ਹੈ ਉਦੋਂ ਵੀ ਸਾਥੀ ਸਾਥ ਛੱਡਦੇ ਨੇ। ਆਰਥਿਕ ਤੌਰ ਤੇ ਕਮਜ਼ੋਰੀ ਆਵੇ ਸਮਾਜ ਸਾਥ ਛੱਡਦਾ ਹੈ, ਤੇ ਜੇ ਸਰੀਰਕ ਤੌਰ ਤੇ ਕਮਜ਼ੋਰੀ ਆਵੇ। ਗੁਰੂ ਨੇ ਉਸ ਪੱਖ ਨੂੰ ਵੀ ਧਿਆਨ ਨਾਲ ਦਿੱਤਾ ਹੈ, ਕਹਿਣ ਲੱਗੇ ਜਦੋਂ ਸਰੀਰਕ ਤੌਰ ਤੇ ਕਮਜ਼ੋਰੀ ਆ ਤੁਹਾਡੇ ਪਾ ਗਈ ਹੈ, ਸਰੀਰਕ ਕਮਜ਼ੋਰੀ, ਤੇ ਇਹਦੇ ਵਿੱਚ ਤਾਂ ਬੜੇ ਨੇੜੇ ਦੇ ਸਾਥੀ ਸਾਥ ਛੱਡ ਗਏ, ਚੱਬਣ ਚੱਲਣ ਰਤਨ ਸੇ ਸਰੀਰ ਬਹਿ ਗਏ, ਹੇੜੇ ਮੁੱਤੀ ਤਾਸ ਜਾਨੀ ਚੱਲ ਗਏ। ਜਾਨੀ ਕਹਿੰਦੇ ਨੇ ਜਾਣ ਨਾਲੋਂ ਪਿਆਰੇ ਮਿੱਤਰ ਨੂੰ ਫਲਣਾ ਤਾਂ ਮੇਰਾ ਦਿਲ ਜਾਨੀ ਹੈ, ਮੇਰੇ ਦਿਲ ਦੀਆਂ ਸਾਂਝ ਰੱਖਣ ਵਾਲਾ ਹੈ। ਕਹਿਣ ਲੱਗੇ ਚੱਬਣ ਦੰਦ ਚੱਲਣ ਪੈਰ ਰਤਨ ਅੱਖਾਂ ਸੁਣੀਏ
कन्न अगर जरा शरीर में कमजोरी आई बुढ़ेपा आया साथी साथ छड़ गए दर्द भी ना रहे कदम भी डगमगान लग पे तुरना भी खत्म हो गया अखां विच भी कमजोरी आ गई हुण पछाणना औखा हो गया कन्नां विच भी कमजोरी आ गई हुण आवाज किसी की सुनती नहीं सुने तो समझ नहीं आती लगी साथी सन ये तो मेरे साथी सन मेरे जन्म के नाल इन्हों का जन्म होया सारी जिंदगी इन्हें मेरे नाल कट्ठी गुजारी तो जरा मेरे तन विच जरा मेरे शरीर विच कमजोरी आई तो ये मेरे दुश्मन बन गए दुश्मन मानू साथ छड़ गए हूँ तो सा लगना बड़िया खूबसूरत एग्जाम्पल दित्तियां ने कहिंदे ने बुढ़ेपा जिहड़ा है शरीरक कमजोरी भी एक ऐसा है जिंदे विच साथी साथ छड़दे ने एक बार तो कही सी कि जदों बुढ़ेपा आउंदा है उदों बुढ़ेपा दुश्मन बन के आउंदा है ते दुश्मन दा कम की हुंदा घर दा सब कुछ बर्बाद कर देता गुरु ने बाणी बचा के तेन जर वैरी नानका जर कहने ने बुढ़ेपे उन्हां मनुखां दा बुढ़ेपा वैरी हो जांदा जिहड़े बुढ़े होके मरदे ने देखो ख्याल गुरु दा बाणी विच कहने लगी तेन जर वैरी नानका जे बुढ़े थीए मरण मनुख तां कहिंदा मैं होर लंबी उम्र हो गई होर लंबी हो गई गुरु कहते ने मैं कि देखना जो तू ज्यादा बुढ़ा बुढ़ेपा आ जाता है जो शरीर सिथे हो जाता है ना उदो ये जर ये बुढ़ेपा जरा तेरा वैरी हो जाता है यही तेरे को सब कुछ खो ल दंद भी खो ल अखा भी खो ली कन्न भी खो ल सब कुछ तेरा दुश्मन हो गए तो यो गल गुरु ने बाणी में आखी कह लगे जाको चिंता बहुत बहुत देही व्यापै रोग ग्रस्त कुटुंब पलेटिया कदे हरख कदे सो गमन करे चौकुंट का कहीं ना बैसन सोए अजीब गल है कहन लगे मनुख दे जीवन दी एक वड्डी शरीरक कमजोरी कमजोरी कोई भी आ जाए मनुख दे सामने परेशानियां लेके के जे आर्थिक कमजोरी आ जाए तेरे घर दौलत ना होवे खान जोगा कुछ ना होवे तेरा लोग तद भी साथ छड़दे ने जे तेरे कोल शारीरिक कमजोरी आ जाए तेरे साथी तेरे अंग भी तेरा साथ छड़दे ने एक एग्जांपल दे रहा कमजोरी कोई भी होवे उपेक्षा लेके होती साथ छड़दे ने और यह गल गुरु ने बाणी विच आखी कहन लगे जे को होवे दुबला शिकारी गल है कमजोर ये औगणा का भरिया होया जिवें गुरु ने बाणी विच अपनी कसर तो एक गल कही ना कह लगे मैं देखता कि फूट शेख हजार हजारा ही शेख ने हजारा ही सुराख ने एक हो मैं बंद कर लूंगा कबीर बेड़ा जर जरा जिंदगी का जीवन का बेड़ा बड़ा बुढ़ेपे है जर जरा कहने बुढ़ा पुराना फूट शेख हजार इन एक सुराख नहीं हजारा ही औगुणा दे गुनाह दे कमजोरिया ने सुराख ने एक हो मैं उन्होंने बंद कर लवा दूजा हो बंद कर लवा मेरे दो हाथ ने इन हजारा सुराख ने
6000 मनुख दे जीवन दे अंदर जिन्ने गुनाह ने ना ओ जीवन दीयां सब तो वड्डियां कमजोरियां। बाबा कबीर जी दा ख्याल है, कहन लगे जीवन जेड़ा है ए हरण वांगू है ते दुबले हरण वांगू कमजोरियां दा भरिया होया है। ते आ पहुंचया है तालाब तो पानी पीण वास्ते, विकारां दा सुखां दा भोगां दा पानी पीण वास्ते। जिहड़ा तालाब ए संसार बड़ा इहनूं खूबसूरत लगदा है। कबीर हरना दुबला ए हरियारा ताल, हरा भरा हर पासों सजिया होया संसार दा ए तालाब इहनूं दिसदा है इत्थे आ गया। पर ए नहीं समझदा भी भरिया दिला तू सोच तेरा शिकारी कोई एक नहीं, ये सारे विकार तेरे ही ता शिकार करने लिए बैठे ने। लाख अहेरी लखा शिकारी एक जीव ओ भी दुबला चेतन कर देने निराश नहीं इकरार करे। इसका मतलब है नहीं कभी सानू जीवन तो निराश कर रहे हैं, ਅਸੀਂ ਜੀਵਨ ਤੋਂ ਨਿਰਾਸ਼ ਨਹੀਂ ਹੋਣਾ। ਗੁਰੂ ਕਹਿੰਦਾ ਮੈਂ ਤੈਨੂੰ ਜੀਵਨ ਤੋਂ ਨਿਰਾਸ਼ ਨਹੀਂ ਕਰ ਰਿਹਾ, ਜੀਵਨ ਤੋਂ ਚੇਤਨ ਕਰ ਰਿਹਾ। ਚੇਤਨ ਹੋਣਾ ਹੈ ਮਜ਼ਬੂਤ ਹੋਣਾ ਤਾਂ ਕਿ ਤੂੰ ਚੌਕਸ ਹੋਵੇ, ਆਉਣ ਵਾਲੇ ਖਤਰਿਆਂ ਦਾ ਮੁਕਾਬਲਾ ਕਰ ਸਕੇ। ਮੁਕਾਬਲਾ ਤਾਂ ਉਹ ਹੀ ਕਰੇਗਾ ਨਾ ਜਿਹਨੂੰ ਪਤਾ ਹੋਵੇਗਾ। ਗੁਰੂ ਕਹਿੰਦੇ ਮੈਂ ਤੈਨੂੰ ਗਿਆਨ ਇਸ ਲਈ ਦੇਣਾ ਚਾਹੁੰਦਾ, ਇਸ ਲਈ ਨਹੀਂ ਕਿ ਤੂੰ ਡਰ ਕੇ ਤੇ ਘਰ ਹੀ ਛੱਡ ਜਾਏ, ਬਲਕਿ ਮੈਂ ਤੈਨੂੰ ਚੇਤਨ ਕਰਨਾ ਚਾਹੁੰਦਾ। ਤੂੰ ਚੇਤਨ ਹੋ ਕੇ ਇੰਨਾ ਮਜ਼ਬੂਤ ਹੋ ਜਾਏ ਕਿ ਇਹਨਾਂ ਅਹੇਰੀਆਂ ਦਾ, ਇਹਨਾਂ ਸ਼ਿਕਾਰੀਆਂ ਦਾ ਮੁਕਾਬਲਾ ਕਰ ਸਕੇ। ਕਹਿਣ ਲੱਗੇ ਲੱਖ ਅਹੇਰੀ ਲੱਖ ਸ਼ਿਕਾਰੀ ਗੁਨਾ ਪਾਪ ਤੇਰੇ ਚੁਗਿਰਦੇ ਤੇਰਾ ਜੀਵਨ ਬਰਬਾਦ ਕਰਨ ਲਈ ਸ਼ਿਸ਼ਤ ਲਾਈ ਬੈਠੇ ਨੇ। ਤੂੰ ਇਕੱਲਾ ਲੱਖ ਅਹੇਰੀ ਇੱਕ ਜੀਵ ਕਿੱਦਾਂ ਬਚੂ ਕਾਲ, ਜੇ ਜ਼ਰਾ ਵੇਸਰਾ ਹੋਏਗਾ ਕਿੰਨੀ ਦੇਰ ਇਹਨਾਂ ਕੋਲ ਬਚੇਗਾ। ਕਾਲ ਦਾ ਮਤਲਬ ਸਮਾਂ, ਕਿੱਦਾਂ ਬਚੂਗਾ, ਕਿੰਨਾ ਕੁ ਸਮਾਂ ਤੂੰ ਇਹਨਾਂ ਕੋਲ ਬਚ ਸਕੇਗਾ। ਇਹ ਇੱਕ ਨਹੀਂ ਦੋ ਨਹੀਂ ਲੱਖਾਂ ਸ਼ਿਕਾਰੀ ਨੇ, ਤੂੰ ਇਕੱਲਾ ਹੈ ਵੀ ਦੁਬਲਾ, ਤੇਰੇ ਵਿੱਚ ਕਮਜ਼ੋਰੀਆਂ ਵੀ ਬੜੀਆਂ ਨੇ। ਇਸ ਲਈ ਭਲਿਆ ਚੇਤਨ ਹੋ, ਸੁਚੇਤ ਹੋ ਤਾਂ ਕਿ ਇਹ ਗੁਨਾ ਇਹ ਵਿਕਾਰ ਤੇਰੇ ਜੀਵਨ ਦਾ ਸ਼ਿਕਾਰ ਕਰਕੇ ਤੈਨੂੰ ਬਰਬਾਦ ਨਾ ਕਰ ਸਕਣ। ਨਹੀਂ ਤਾਂ ਖਿਆਲ ਕਰ ਲੱਖ ਅਹੇਰੀ ਇੱਕ ਜੀਉ ਕਿੱਦਾਂ ਬਚੂਗਾ, ਕਿੰਨਾ ਕੁ ਸਮਾਂ ਇਹਨਾਂ ਕੋਲ ਬਚ ਪਾਏਗਾ। ਇੱਕ ਨਹੀਂ ਦੂਜਾ, ਦੂਜੇ ਨਹੀਂ ਤੀਜਾ, ਕੋਈ ਨਾ ਕੋਈ ਸ਼ਿਕਾਰੀ ਤੇਰੇ ਜੀਵਨ ਨੂੰ ਸ਼ਿਕਾਰ ਕਰਕੇ ਬਰਬਾਦ ਕਰ ਲਿਆ। ਇੱਕ ਚੇਤਨ ਚੇਤਾਵਨੀ ਦਿੰਦੇ ਨੇ ਤੇ ਕਹਿੰਦੇ ਨੇ ਕਬੀਰ ਹਰਨਾ ਦੁਬਲਾ, ਕਬੀਰ ਹਰਨਾ ਦੁਬਲਾ, ਇਹ
कदी बाबा कबीर जी दे इस श्लोक नू सामने रखिए ते लॉजिक कुछ अंदरों टूंढिए महसूस होएगा कि जीवन विच किन्नियां कमजोरियां ने। ओ कमजोरियां हर मोड़ ते सानू दुबला कीतियां बैठियां, कारोबार दी कमजोरी, विहार दी कमजोरी, कुछ समाज दी पैदा कीतियां होईयां, कुछ साडे अपने विचारधारा विच्चों पैदा होईयां होईयां। जदों मेरे सामने हुण मेरे ने ते हैरान होना भी दुनिया किवें फसी बैठी। दो दिन होए क्योंकि बाहर बैठे सिंह एज ए सिख फिक्रमंद तो है ना भी हिंदुस्तान साडा भविख की है। मैनू हैरानगी भी होंगी है, कई गल कहन तो संकोच भी आती है। किसी ने अज ही मैं कर दिखा रहा सा, किसी ने इतों तक जरूरत एवं नहीं पैंदी, सानू परखना चाहते क्यों परखना चाहते ने, यह तो निरंकार जाने। भावे असी फोटो नहीं पूजते, और देखो कुछ दिन होए फोटो की गल पैदा की गई भी इन्हों को चंगी तरह खुआ लो भी असी फोटो नहीं पूजते, गल भी ठीक सी। ये प्रचार होना शुरू हो गया घर बच्चों फोटो ला के सुट दो, ठीक है कल्पत फोटो ने, मनोकल्पत फोटो ने, फिल्म का बहाना बहुत कुछ इस गल का प्रचार होया, ठीक है। पर उस प्रचार होने तो बाद जदों कोई फोटो ऐसी पा दी जाएगी जिहड़ी जिंदे नाम नाल, देखो असी गुरु नानक दी फोटो नू नहीं पूजते, ठीक है मनोकल्पत है, पर गुरु नानक नू तो पूजने हैं ना, उनकी विचारधारा नाल तो साड़ी सांझ है ना, फोटो नाल साड़ी सांझ नहीं मान लो। किसने अज इन्ना दिल जिगरा किया, दिखा रहा सा भावें उन्हें फोटो का सहारा लिया पर छोया गुरु नानक की विचारधारा नू, फोटो बना के उनकी गल विच पटा पाया गुरु नानक की फोटो बना के मेरे को कड़ के रखी, मेरी भी मजबूरी हो जाती है मैं कौम नू जगावां, गल विच पटा पाया। एक हिंदू वीर उस पटे नू हथ विच फड़ के रस्सी नू लई जांदा, मेरे को लफज नहीं जिहड़े उहदे वरत रहा है कि इहने बड़े भैड़े लफजां विच कहिंदा इहने सब तो पहला हिंदुइज्म का विरोध किया, ब्रह्मणिज्म के उस इतिहास में लैके। तो मेरे कहने का मतलब जिथे ये कुछ हो रहा हो कहण की कह करन की करके दिखाने की हिम्मत पैदा हो गई हो, और उत्थे साडी आवाज बिल्कुल कोई ना हो ते उन्होंने पता हो आवाज देने जोगे भी नहीं, साडी आखिर आवाज देने जोगे नहीं, जा ये सब कुछ बर्दाश्त करने का मसला है, गुरु नानक की फोटो का मसला नहीं, गुरु नानक फोटो नहीं, गुरु नानक एक विचारधारा है। जे वह लफज कोई ना लिखता ना सानू खरे दुख ना होंदा, क्योंकि गुरु नानक ने तो यह गल कही तो बकायदा विचारधारा नाल कही, पाथर ले पूजे मुगत गुआर, हिंदू मूले बूले खुटी जाई नाल कैसे फूल कराई, अंधे गूंगे अंधा धार पाथर ले पूजे मुगत गुवार, वो जो आप डुबे तुम कहाँ तरना, समझाने लिए भलिया जिन्हें पत्थरों नू पूज रहे हैं वो तो आप डुब जाए तेनों कितों तरन गए। विचारधारा सी, पर उस विचारधारा का जिक्र ना नाल जोड़ता तो सानू फोटो का दुख ना होता। पर भले ये साडियां कमजोरियां जिहड़ियां ने ना सानू मजबूर की बैठिया ने। जे बहरों कोई कल्पिया सिंह कुछ दिन होए तो
ਉਹਦਾ ਜਵਾਬ ਉੱਥੇ ਬੈਠੇ ਸਿੱਖ ਨੇ ਆਪਣੇ ਢੰਗ ਨਾਲ, ਉਹ ਵੀ ਦਰੁਸਤ ਹੈ, ਉਹਨੇ ਕਲਪਨਾ ਨਾਲ ਦਿੱਤਾ। ਕਹਿਣ ਲੱਗਾ ਤੁਸੀਂ ਬਾਹਰ ਬੈਠੇ ਇਹ ਜਿਹੀਆਂ ਗੱਲਾਂ ਕਰਦੇ ਹੋ, ਤੁਹਾਨੂੰ ਜ਼ਿਆਦਾ ਕਲਪਨਾ ਹੁੰਦੀ ਹੈ, ਸਾਨੂੰ ਹੀ ਵੀਜ਼ੇ ਲਾਏ ਦਿਓ, ਤੁਸੀਂ ਤਾਂ ਵੀਜ਼ੇ ਲੈ ਕੇ ਬਾਹਰ ਬੈਠੇ ਹੋ ਅਤੇ ਸਾਡੇ ਸਾਨੂੰ ਤਾਂ ਸਭ ਕੁਝ ਇੱਥੇ ਬਰਦਾਸ਼ਤ ਕਰਨਾ, ਅਸੀਂ ਵਿੱਚ ਰਹਿਣਾ। ਇਹਦਾ ਮਤਲਬ ਸਾਡੀ ਕਮਜ਼ੋਰੀ ਸਾਡੀ ਦੁੱਖ ਬਣ ਗਏ। ਇਹ ਮੈਂ ਉਹਨੂੰ ਗਲਤ ਨਹੀਂ ਕਹਿ ਰਿਹਾ, ਉਹ ਵਿਚਾਰਾ ਵੀ ਆਪਣੀ ਥਾਂ 'ਤੇ ਮਜਬੂਰ ਹੈ, ਪਰ ਮਜਬੂਰੀ ਕੀ ਹੁੰਦੀ ਹੈ, ਇੱਕ ਕਮਜ਼ੋਰੀ ਹੁੰਦੀ ਹੈ ਨਾ। ਅਤੇ ਬਾਬਾ ਕਬੀਰ ਜੀ ਦਾ ਵੀ ਉਹ ਚੇਤਾਵਨੀ ਦੇਣ ਦਾ ਮਤਲਬ ਸੀ ਪੜ੍ਹਿਆ, ਜਿੰਨੀਆਂ ਤੂੰ ਕਮਜ਼ੋਰੀਆਂ ਪੈਦਾ ਕਰ ਲਏਗਾ ਓਨੀ ਗੁਲਾਮੀ ਪੈਦਾ ਹੋ ਜਾਏਗੀ, ਫਿਰ ਤੇਰੀ ਆਵਾਜ਼ ਵੀ ਖਤਮ ਹੋ ਜਾਏਗੀ, ਤੇਰੀ ਐਕਟੀਵਿਟੀ ਵੀ ਖਤਮ ਹੋ ਜਾਏਗੀ। ਇਸ ਲਈ ਜਿਉਂਦਾ ਰਹਿਣ ਲਈ ਤੈਨੂੰ ਜ਼ਰੂਰੀ ਹੈ ਕਿ ਆਪਣੇ ਜੀਵਨ ਦੀਆਂ ਕਮਜ਼ੋਰੀਆਂ ਤੋਂ ਬਾਹਰ ਆ, ਦੁਬਲਾ ਨਾ ਹੋ। ਤੇਜ਼ ਚੁਫੇਰੇ ਇੱਕ ਨਹੀਂ ਦੋ ਨਹੀਂ ਲੱਖਾਂ ਸ਼ਿਕਾਰੀ ਫਿਰਦੇ ਨੇ ਤੇਰੇ ਜੀਵਨ ਨੂੰ ਬਰਬਾਦ ਕਰਨ ਲਈ, ਤੈਨੂੰ ਸਿੱਖੀ ਸਰੂਪ ਵਿੱਚ ਨਹੀਂ ਦੇਖਣਾ, ਸਿੱਖੀ ਸਿਧਾਂਤ ਵਿੱਚ ਨਹੀਂ ਦੇਖਣਾ ਚਾਹੁੰਦੇ। ਤੂੰ ਹੀ ਕਰਨਾ ਹੈ ਲੱਖ ਕਹਿਰੀ ਏਕ ਜੀਉ ਕੀਤਾ ਦਾ ਚੌਂਕਾਰ। ਇਸ ਲਈ ਚੇਤਨ ਹੋ, ਮੈਂ ਤੈਨੂੰ ਨਿਰਾਸ਼ ਨਹੀਂ ਕਰਦਾ ਪਰ ਚੇਤਨ ਜ਼ਰੂਰ ਕਰਨਾ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।